ਦੇਖੋ ਇਹਦਾ ਕਾਰਨ ਇਹ ਆ ਕਿ ਸਾਡੇ ਨੌਜਵਾਨ ਆਗੂ, ਨੌਜਵਾਨ ਚਿਹਰਾ ਸਾਡਾ ਭਰਾ, ਅਸੀਂ ਸਾਰੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ, ਸਾਡਾ ਭਰਾ ਹੈ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਸਾਡਾ ਪੁਰਾਣਾ ਦੋਸਤ ਹੈ, ਅੱਜ ਉਹਨੂੰ ਟਿਕਟ ਮਿਲਣ ਤੇ ਨੌਜਵਾਨ ਮੌਕੇ ਤੇ ਅਸੀਂ 10-20 ਜਣ ਇਕੱਠੇ ਕਰਕੇ ਜਿਹੜਾ ਢੋਲ ਵਜਾਇਆ, ਆਤਿਸ਼ਬਾਜੀ ਕੀਤੀ ਆ, ਇਹਦਾ ਤੁਹਾਨੂੰ ਜਿਹੜਾ ਰਿਜ਼ਲਟ ਆਉਣ ਵਾਲੇ ਦਿਨਾਂ ਚ ਮਿਲੇਗਾ। ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਨੌਜਵਾਨ ਆਗੂ ਸ਼ਮਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਟਿਕਟ ਦਿੱਤੀ ਹੈ ਲੋਕ ਸਭਾ ਦੀ। ਤਾਂ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੋਂ ਲੋਕ ਸਭਾ ਤੋਂ 1 ਲੱਖ ਦੀ ਵੱਧ ਲੀਡ ਨਾਲ ਸ਼ੈਰੀ ਕਲਸੀ ਜਿਹੜਾ ਜਿੱਤੇਗਾ, ਕਿਉਂਕਿ ਨੌਜਵਾਨ ਆਗੂ ਆ ਬਟਾਲੇ ਦਾ ਵਿਕਾਸ ਵੇਖੋ ਕਿੱਦਾਂ ਕਰਾ ਰਿਹਾ। ਜਿਹੜਾ ਨੌਜਵਾਨ ਆਗੂ ਹੁੰਦਾ ਉਹਦੇ ਵਿੱਚ ਜਜ਼ਬਾ ਹੁੰਦਾ ਕੰਮ ਕਰਨ ਦਾ, ਤੇ ਮੈਂ ਸਾਰੇ ਇਲਾਕੇ ਨੂੰ ਆਪਣੇ ਸੱਜਣ ਧਾਰੀਵਾਲ ਸ਼ਹਿਰ ਨੂੰ ਇੱਕ ਅਪੀਲ ਕਰਾਂਗਾ ਕਿ ਇੱਕ ਵਾਰੀ ਮੌਕਾ ਇਸ ਵਾਰ ਸਾਡੇ ਨੌਜਵਾਨ ਆਗੂ ਨਿਦਰਕ ਜਰਨੈਲ ਸ਼ਮਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਵੋਟਾਂ ਪਾਓ, ਕਿਉਂਕਿ ਅਸੀਂ ਪਹਿਲੇ ਕਹਿ ਰਹੇ ਕਿ ਅਸੀਂ ਮੈਂ ਸ਼ਿਵ ਸੈਨਾ ਤੋਂ ਪਾਰਟੀ ਤੋਂ ਪੰਜਾਬ ਦਾ ਯੂਥ ਦਾ ਪ੍ਰਧਾਨ ਆ, ਲੇਕਿਨ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਜਿਹੜਾ ਨੌਜਵਾਨ ਚਿਹਰਾ ਅਸੀਂ ਉਹਦੀ ਮਦਦ ਕਰਾਂਗੇ। ਸਾਰੇ ਇਲਾਕੇ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ, ਜਲਦੀ ਸਾਡੇ ਕੈਂਡੀਡੇਟ ਸ਼ੈਰੀ ਕਲਸੀ ਜੀ 1-2 ਦਿਨ ਦੇ ਵਿੱਚ ਸਾਡੇ ਧਾਰੀਵਾਲ ਦਾ ਵੀ ਦੌਰਾ ਕਰਨਗੇ। ਜੈ ਸ਼੍ਰੀ ਰਾਮ। ਦੇਖੋ ਬੀਜੇਪੀ ਨੇ ਤੇ ਪਹਿਲਾਂ ਸੰਨੀ ਦਿਓਲ ਲਿਆਂਦਾ, ਉਹ 5 ਸਾਲ ਵੜਿਆ ਨੀ, ਹੁਣ ਬੱਬੂ ਦੇਤਾ ਸੁਜਾਨਪੁਰ ਤੋਂ ਜਿਹਨੂੰ ਕੋਈ ਜਾਣਦਾ ਹੀ ਨੀ। ਬੀਜੇਪੀ ਦਾ ਪੰਜਾਬ ਦੇ ਵਿੱਚ ਖੁੱਲਾ ਵਿਰੋਧ ਚੱਲ ਰਿਹਾ, ਬੀਜੇਪੀ ਨੇ ਦੇਸ਼ ਦੇ ਵਿੱਚ ਡਿਕਟੇਟਰਸ਼ਿਪ ਦਾ ਡਿਕਟੇਟਰਸ਼ਿਪ ਚਲਾ ਰਹੀ ਹੈ, ਓਪੋਜੀਸ਼ਨ ਨੂੰ ਮਕਾਨ ਉੱਤੇ ਤੁਰੀ ਹੈ ਬੀਜੇਪੀ। ਪਰ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪਰਿਵਾਰ ਨੇ ਇਹਨਾਂ ਨੇ ਕੀਤਾ, ਇਹ ਬਾਰ ਬਾਰ ਨਾਅਰਾ ਕਰ ਦਿੰਦੇ ਨੇ ਕਿ ਰਾਮ ਮੰਦਿਰ ਅਸੀਂ ਬਣਾਇਆ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਰਾਮ ਮੰਦਿਰ ਜਿਹੜਾ ਬਾਲਾ ਸਾਹਿਬ ਠਾਕਰੇ ਨੇ ਨੀਂਹ ਰੱਖੀ ਸੀ, ਸਾਡੇ ਸ਼ਿਵ ਸੈਨਿਕ ਉੱਥੇ ਸ਼ਹੀਦ ਹੋਏ ਸੀ, ਸਾਡੇ ਸ਼ਿਵ ਸੈਨਿਕ ਉੱਥੇ ਜੇਲ੍ਹਾਂ 'ਚ ਰਹੇ ਸੀ, ਅੱਜ ਇਹ ਸਰਕਾਰ ਦੇ ਵਿੱਚ ਉਹਦਾ ਲਾਹਾ ਲੈ ਰਹੇ ਆ। ਮੈਂ ਹਿੰਦੂ ਸਮਾਜ ਨੂੰ ਬੇਨਤੀ ਕਰਾਂਗਾ ਕਿ ਇਹੋ ਜਿਹੇ ਲੋਕਾਂ ਦਾ ਚਿਹਰਾ ਜਿਹੜਾ ਬਿਨਕਾਬ ਕੀਤਾ ਜਾਣਾ ਚਾਹੀਦਾ, ਜਲਦ ਤੋਂ ਜਲਦ ਉਹਨਾਂ ਪਾਰਟੀ ਨੂੰ ਵੋਟ ਪਾਓ ਜਿਹੜੀ ਪਾਰਟੀ ਸਾਡੇ ਸਮਾਜ ਦੇ ਅੱਗੇ ਆਉਂਦੀ ਹੈ, ਜਿਹੜਾ ਨੌਜਵਾਨ ਆਗੂ ਸ਼ੈਰੀ ਕਲਸੀ ਜਿਹੜਾ ਸਾਨੂੰ ਰਾਹਤ ਦਵਾ ਸਕਦਾ, ਵਿਕਾਸ ਕਰਾ ਸਕਦਾ। ਤੇ ਮੈਂ ਸਾਰੇ ਇਲਾਕਾ ਨੂੰ ਜ਼ਿਲ੍ਹੇ ਵਾਸੀਆਂ ਨੂੰ ਬੇਨਤੀ ਕਰਾਂਗਾ ਜਲਦ ਤੋਂ ਜਲਦ ਇਹ ਜਿਹੜੇ ਹੁਣ ਤਿਆਰੀਆਂ ਖਿੱਚੋ, ਮੀਟਿੰਗਾਂ ਦਾ ਦੌਰ ਸ਼ੁਰੂ ਆ, ਇਲੈਕਸ਼ਨ ਸ਼ੁਰੂ ਆ, ਜਲਦ ਤੋਂ ਜਲਦ ਜਿਹੜਾ ਵਾ ਇਹ ਸ਼ੈਰੀ ਕਲਸੀ ਦਾ ਪ੍ਰਚਾਰ ਕਰੋ। ਜੈ ਸ਼੍ਰੀ ਰਾਮ।